ਸਭ ਤੋਂ ਵੱਧ ਫਨ ਇਹ ਹੁੰਦਾ ਸੀ ਕਿ ਸੈੱਟ 'ਤੇ ਨਾ ਇੱਕ ਦੂਜੇ ਦੀ ਖਿਚਾਈ ਕਰਨ 'ਚ ਲੱਗੇ ਰਹਿੰਦੇ ਹੁੰਦੇ ਸੀ। ਉਹਨਾਂ ਦੇ ਵਿੱਚ ਪ੍ਰਿੰਸੀਪਲ ਇਹ ਹੁੰਦਾ ਸੀ ਸਭ ਤੋਂ ਵੱਧ ਕਿ ਵੀ ਜਿਹੜਾ ਬੰਦੇ ਪੰਜ ਬੈਠੇ ਆ, ਪੰਜਾਂ 'ਚ ਕੋਈ ਉੱਠ ਕੇ ਨਹੀਂ ਜਾਂਦਾ ਸੀ। ਪਤਾ ਸੀ ਜੇ ਮੈਂ ਉੱਠ ਕੇ ਚੱਲ ਗਿਆ ਸਾਨੂੰ ਮੇਰੇ 'ਤੇ ਤਵਾ ਲਾ ਲੈਣਾ। ਹਰ ਵਾਰੀ ਖਿੱਚਦਾ ਤੇ ਆਪਾਂ ਇਹਦੀ ਖਿਚਾਈ ਕਰੀਏ। ਕਹਿੰਦੇ ਕੀ? ਕਹਿੰਦਾ ਇਹਨੂੰ ਚੰਗੀ ਤਰ੍ਹਾਂ ਬੋਧੇ ਬਹਾ ਲੈਣ ਦਿਓ, ਬਾਲ ਬੁਲ ਸੈੱਟ ਕਰ ਲੈਣ ਦਿਓ, ਬਾਅਦ 'ਚ ਇਹਨੂੰ ਕਹਾਂਗੇ। ਗਿੱਪੀ ਦਾ ਫੋਨ ਆਇਆ ਵੀ ਉਹ ਕਹਿੰਦਾ ਪੱਗ ਬੰਨਣੀ ਆ ਇੰਟਰਵਿਊ 'ਚ। ਗਿੱਪੀ ਨੂੰ ਵੀ ਕਹਿਤਾ ਹੁਣ ਤੁਸੀਂ ਜਦੋਂ ਕਰਮਜੀਤ ਦਾ ਫੋਨ ਆਇਆ ਉਹ ਕਿਹਾ ਬੈਠਾ ਵਾ ਵੀ ਮੈਂ ਕਿਤੇ ਜਾਣਾ ਵਾ, ਮੈਂ ਨੀ ਪੱਗ ਬੰਨਣੀ। ਉਹ ਅਸੀਂ ਕਿਹਾ ਆਹ ਦੇਖ ਤੇਰੇ ਪੱਗ ਬੰਨੀ ਹੋਈ ਇਹਦੇ ਵਿੱਚ ਪਿੱਛੇ ਪੋਸਟਰ 'ਚ ਦੇਖੋ, ਇੱਦਾਂ ਦੀ ਤੇਰੀ ਪੱਗ ਚਾਹੀਦੀ ਆ ਉਹਦੇ ਵਿੱਚ। ਫਿਰ ਮੈਂ ਕਿਹਾ ਵੀ ਇਹਨੂੰ ਯਕੀਨ ਆ ਜਾਵੇ। ਮੈਂ ਇਹਦੇ ਕੰਨ 'ਚ ਜਾ ਕੇ ਕਿਹਾ, ਮੈਂ ਕਿਹਾ ਕਰਮਜੀਤ ਆਹ ਕੀ ਯਾਰ ਗਿੱਪੀ ਨੇ ਹੁਣ ਨਵਾਂ ਪੰਗਾ ਖੜਾ ਕਰਤਾ। ਕਹਿੰਦਾ ਕੀ? ਮੈਂ ਕਿਹਾ ਹੁਣ ਮੈਨੂੰ ਕਹਿੰਦਾ ਕਾਲੀ ਪੱਗ ਬੰਨ। ਮੈਂ ਕਿਹਾ ਮੈਂ ਹੁਣ ਘਰੋਂ ਆਹ ਬੰਨ ਕੇ ਮੈਂ ਉੱਥੇ ਮੇਰੀ ਕਾਲੀ ਬੰਨੀ ਹੋਈ ਆ। ਨਹੀਂ ਨਹੀਂ ਭਾਜੀ ਤੁਸੀਂ ਵੀ ਨਹੀਂ ਬੰਨਣੀ ਹੈਗੀ। ਮੈਂ ਵੀ ਕਹਿਤਾ ਮੈਂ ਵੀ ਨਹੀਂ ਬੰਨਣੀ ਹੈਗੀ। ਜਦੋਂ ਕਿਸੇ ਦਾ ਉੱਲੂ ਬਣਾਉਂਦੇ ਹੁੰਦੇ ਸੀ, ਫਿਰ ਸਾਡਾ ਇੱਕ ਤਕੀਆ ਕਲਾਮ ਸੀ ਦੋਨਾਂ ਦਾ, ਜਦੋਂ ਗੁੱਸਾ ਚੜ੍ਹਦਾ ਹੁੰਦਾ ਸੀ ਕੀ ਸੀ? ਆਪਣੇ ਨਸਲ ਸਾਹਮਣੇ ਦੱਸਿਆ, ਕਿੱਡਾ ਵਧੀਆ ਜਵਾਬ ਦਿੱਤਾ। ਤੂੰ ਦੱਸ ਦੇ ਤੂੰ ਕਿਵੇਂ ਪਾਇਆ। ਕਰਮਜੀਤ ਦੱਸਦਾ, ਉਹ ਅਸੀਂ ਫਿਲਮ ਚ ਦੱਸਾਂਗੇ, ਹੁਣ ਨੀ ਦੱਸਾਂਗੇ। ਕਰਮਜੀਤ ਨੇ ਉਸ ਗੱਲ ਦਾ ਜਵਾਬ ਦਿੱਤਾ ਵੀ ਢਿੱਲੋਂ ਸਾਹਿਬ ਨੇ ਮੇਰੇ ਜੀਜੂ ਨੇ ਕਿਵੇਂ ਕੋਟ ਪਾਇਆ, ਤੁਹਾਨੂੰ ਮੈਂ ਦੱਸਦਾ ਕਿਵੇਂ ਪਾਇਆ। ਪਰ ਨਹੀਂ, ਮੈਂ ਇਹ ਪੁੱਛਣਾ ਸੀ ਦੋਨਾਂ ਜਣਿਆਂ ਨੇ। ਤੁਸੀਂ ਤਾਂ ਚਲੋ, ਤੁਸੀਂ ਡਾਇਲੌਗ ਬੋਲਿਆ ਕਿ ਤੁਸੀਂ ਗੱਲ ਨੋਟ ਕੀਤੀ, ਤੁਸੀਂ ਆਪਣਾ ਇਹਨਾਂ ਨੇ ਕੁਐਸਚਨ ਪੁੱਛਣਾ ਤਾਂ ਕੋਈ ਹੋਰ ਸੀ, ਆਪਾਂ ਆਪਦੇ ਜੀ ਖਾਸ ਜਵਾਬ ਦੇ ਦਿੱਤਾ। ਤੁਸੀਂ ਤਾਂ ਇਹਨੇ ਇਹ ਮੈਨੂੰ ਕੋਈ ਗੱਲ ਨਹੀਂ ਪੂਰੀ ਕਰਨ ਦੇ। ਮੈਂ ਇਹੀ ਪੁੱਛਣਾ ਸੀ ਆਪਣੇ, ਮੈਂ ਦਿਖਾ ਦਵਾਂ ਤੁਹਾਨੂੰ, ਮੈਂ ਲਿਖਿਆ ਵੀ ਹੋਇਆ। ਚਲੋ ਚਲੋ, ਤੁਸੀਂ ਦੋਨਾਂ ਨੇ ਆਪਣੇ ਤਰੀਕੇ ਨਾਲ ਦੱਸਣਾ ਕਿ ਕਿਉਂ ਪਾਇਆ ਉਹਨਾਂ ਨੇ ਕਾਲਾ ਕੋਟ। ਅੱਛਾ ਜੀ, ਤੁਸੀਂ ਫਿਲਮ ਵਾਲਾ ਨਾ ਦੱਸੋ, ਉਦਾਂ ਕੋਈ ਆਨਸਰ। ਇਹਨਾਂ ਨੂੰ ਜੱਚਦਾ ਹੀ ਬੜਾ ਕਾਲਾ ਕੋਟ, ਰੰਗ ਕਾਲਾ ਤੁਸੀਂ ਪਾ ਕੇ ਆਏ ਹੋ। ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ, ਯੂਟਿਊਬ ਚੈਨਲ ਸਬਸਕ੍ਰਾਈਬ ਕਰੋ ਤੇ ਇੰਸਟਾਗ੍ਰਾਮ ਪੇਜ ਨੂੰ ਫੋਲੋ ਕਰੋ।